ਦਲਿਤ ਸਮਾਜ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਵਿੱਚ ਹੋਏ ਘੁਟਾਲੇ ਦੇ ਸੰਬੰਧ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਜਲੰਧਰ ਵਿਖੇ ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸੰਬੰਧੀ ਬੀਐਸਪੀ ਆਗੂ ਬਲਵਿੰਦਰ ਕੁਮਾਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਉਹਨਾਂ ਵੱਲੋਂ ਸੂਬੇ ਭਰ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਨੂੰ ਅਕਾਲੀ ਭਾਜਪਾ ਅਤੇ ਸੂਬਾ ਸਰਕਾਰ ਬੰਦ ਕਰ ਰਹੀਆਂ ਨੇ, ਜਿਸ ਨਾਲ ਐਸਸੀ ਅਤੇ ਬੀਸੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝੇ ਕਰ ਦਿੱਤਾ ਜਾਵੇਗਾ। ਉਹਨਾਂ ਸਰਕਾਰਾਂ ਅਤੇ ਪ੍ਰਾਈਵੇਟ ਤੇ ਸਰਕਾਰੀ ਵਿੱਦਿਅਕ ਅਦਾਰਿਆਂ ਅੱਗੇ ਮੰਗ ਕੀਤੀ ਹੈ ਕਿ ਜੋ ਸਕੀਮਾਂ ਬੰਦ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਪਹਿਲੇ ਦੀ ਤਰ੍ਹਾਂ ਲਾਗੂ ਕੀਤਾ ਜਾਵੇ ਅਤੇ ਜੋ ਸਰਕਾਰ ਅਤੇ ਵਿੱਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਦੀਆਂ ਡਿਗਰੀਆਂ ਦੱਬੀਆਂ ਹੋਈਆਂ ਨੇ ਉਹ ਵਾਪਸ ਦਿੱਤੀਆਂ ਜਾਣ। ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜੀ ਪੋਸਟ ਮੈਟ੍ਰਿਕ ਮੁੱਦੇ ਤੇ ਲੈ ਕੇ ਜਿਹੜੇ ਘੁਟਾਲੇ ਸਾਹਮਣੇ ਆਏ ਆ ਕਾਂਗਰਸ ਸਰਕਾਰ ਉਹਦੇ ਮਿਨਿਸਟਰ ਦੇ ਵੱਲੋਂ ਆਫੀਸਰ ਦੇ ਵੱਲੋਂ ਉਹਨਾਂ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਪ੍ਰੋਟੈਸਟ ਕੀਤੇ ਗਏ ਆ। ਇਹਦੇ ਵਿੱਚ ਪਾਰਟੀ ਦੀ ਮੰਗ ਆ ਵੀ ਜਿਨ੍ਹਾਂ ਨੇ ਘੁਟਾਲੇ ਕੀਤੇ ਆ ਉਹ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਸੈਕਿੰਡ ਇਹ ਆ ਵੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਕੇਂਦਰ ਦੀ ਜਿਹੜੀ ਅਕਾਲੀ ਭਾਜਪਾ ਸਰਕਾਰ ਔਰ ਸੂਬੇ ਦੀ ਜਿਹੜੀ ਕਾਂਗਰਸ ਸਰਕਾਰ ਆ ਇਹ ਬੰਦ ਕਰ ਰਹੀਆਂ ਆ, ਇਹਦੇ ਕਰਕੇ ਜਿਹੜੇ ਹਜ਼ਾਰਾਂ ਲੱਖਾਂ ਵਿਦਿਆਰਥੀ ਆ ਉਹ ਉੱਚ ਸਿੱਖਿਆ ਤੋਂ, ਜਿਹੜੇ ਸ਼ਡਿਊਲ ਕਾਸਟ ਔਰ ਬੈਕਵਰਡ ਕਲਾਸ ਦੇ ਜਿਹੜੇ ਵਿਦਿਆਰਥੀ ਆ ਉੱਚ ਸਿੱਖਿਆ ਤੋਂ ਵਾਂਝੇ ਕਰ ਦਿੱਤੇ ਜਾਣਗੇ। ਇਸ ਦਾ ਅਸੀਂ ਤਿੱਖਾ ਵਿਰੋਧ ਕਰਦੇ ਹਾਂ ਔਰ ਮੰਗ ਕਰਦੇ ਹਾਂ ਵੀ ਜਿਹੜੀ ਇਹ ਸਕੀਮ ਆ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਕੀਤੀ ਜਾਵੇ। ਔਰ ਤੀਜਾ ਜਿਹੜਾ ਇਹ ਆ ਵੀ ਇਸ ਸਕੀਮ ਦੇ ਤਹਿਤ ਜਿਹੜੇ ਬੱਚੇ ਆਲਰੇਡੀ ਆਪਣੀ ਸਿੱਖਿਆ ਪੂਰੀ ਕਰ ਚੁੱਕੇ ਆ, ਡਿਗਰੀਜ਼ ਪੂਰੀਆਂ ਕਰ ਚੁੱਕੇ ਆ, ਉਹਨਾਂ ਦੇ ਜਿਹੜੀਆਂ ਡਿਗਰੀਜ਼ ਹੈਗੀਆਂ ਆ ਔਰ 10ਵੀਂ 12ਵੀਂ ਦੇ ਸਰਟੀਫਿਕੇਟ ਆ ਸਾਰੇ ਪ੍ਰਾਈਵੇਟ ਔਰ ਸਰਕਾਰੀ ਕਾਲਜਾਂ ਨੇ ਯੂਨੀਵਰਸਿਟੀਆਂ ਨੇ ਜਿਹੜੇ ਆ ਆਪਣੇ ਕੋਲ ਦੱਬੇ ਹੋਏ ਆ। ਇਹਦੇ ਕਰਕੇ ਹਜ਼ਾਰਾਂ ਲੱਖਾਂ ਵਿਦਿਆਰਥੀ ਨਾਲ ਜਿਹੜਾ ਭਵਿੱਖ ਆ ਉਹ ਇੰਨੀ ਬਰਬਾਦ ਕਰ ਦਿੱਤਾ ਆ ਸਰਕਾਰਾਂ ਨੇ ਔਰ ਪ੍ਰਾਈਵੇਟ ਔਰ ਸਰਕਾਰੀ ਵਿੱਦਿਅਕ ਅਦਾਰਿਆਂ ਨੇ। ਅਤੇ ਇਹ ਸਾਡੀ ਮੰਗ ਆ ਵੀ ਉਹ ਜਿਹੜੇ ਡਿਗਰੀਜ਼ ਦਿੱਤੀਆਂ ਜਾਣ ਔਰ ਜਿਹੜੀ ਸਕੀਮ ਆ ਉਹਨੂੰ ਪਹਿਲੇ ਦੀ ਤਰ੍ਹਾਂ ਜਿਹੜਾ ਲਾਗੂ ਕੀਤਾ ਜਾਵੇ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਪੰਡਿਤ ਅਜੇ ਸ਼ਾਸਤਰੀ ਜੀ ਜੋ 24 ਘੰਟਿਆਂ ਵਿੱਚ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਹੱਲ। ਜੇਕਰ ਤੁਹਾਡਾ ਪਤੀ, ਪ੍ਰੇਮੀ ਜਾਂ ਬੇਟਾ ਕਿਸੇ ਦੇ ਬਸ ਵਿੱਚ ਹੈ ਤਾਂ ਘਬਰਾਉਣਾ, ਪਿਆਰ ਵਿੱਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾ ਜਲਦ ਸੰਪਰਕ ਕਰ, ਅਸੀਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਕੋਰਟ ਕਚਹਿਰੀ ਵਿੱਚ ਜਿੱਤ, ਵਿਦੇਸ਼ ਯਾਤਰਾ, ਕਰਜ਼ੇ ਤੋਂ ਛੁਟਕਾਰਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ, ਗੁੱਸੇ ਪ੍ਰੇਮੀ ਨੂੰ ਮਨਾਉਣਾ, ਲਾਟਰੀ ਨੰਬਰ ਵਿਦੇਸ਼ 'ਚ ਪੱਕਾ ਹੋਣਾ ਆਦਿ ਸਮੱਸਿਆਵਾਂ ਦਾ ਪੰਡਿਤ ਅਜੇ ਸ਼ਾਸਤਰੀ ਜੀ ਤੁਹਾਡਾ ਘਰ ਬੈਠਿਆਂ ਹੀ 24 ਘੰਟਿਆਂ 'ਚ ਕਰਨਗੇ 101% ਗਰੰਟੀ ਨਾਲ ਸਮਾਧਾਨ। ਤਾਂ ਫਿਰ ਦੇਰ ਕਿਉਂ, ਹੁਣੇ ਫੋਨ ਕਰੋ 6285431991।